ਅੰਮ੍ਰਿਤਸਰ ਦੇ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਵਾਲੀ ਇੱਕ ਕੁੜੀ ਦੇ ਵੱਲੋਂ ਉਸ ਦਾ ਸਰੀਰਕ ਸ਼ੋਸ਼ਣ ਕਰਨ ਤੋਂ ਬਾਅਦ ਲਗਾਏ ਗਏ ਦੋਸ਼ਾਂ ਦੀ ਜਾਂਚ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਏ ਗਏ AIG ਰਣਧੀਰ ਸਿੰਘ ਉੱਪਲ ਦੇ ਉੱਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ। ਪੁਲਿਸ ਦੇ ਮੁਤਾਬਿਕ AIG ਰਣਧੀਰ ਸਿੰਘ ਉੱਪਲ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਅਤੇ ਪੀੜਤ ਕੁੜੀ ਦੀ ਸੈਕਸ਼ਨ 164 ਦੇ ਤਹਿਤ ਜੱਜ ਦੇ ਕੋਲ ਬਿਆਨ ਦਰਜ ਕਰਵਾਏ ਜਾਣਗੇ। ਇੱਕ ਲਾਅ ਦੀ ਸਟੂਡੈਂਟ ਹੈਗੀ ਹੈ ਖਾਲਸਾ ਕਾਲਜ ਦੀ, ਉਹਦੇ ਵੱਲੋਂ ਇੱਕ ਇਲਜ਼ਾਮ ਲਗਾਏ ਗਏ ਸੀ ਸਾਡੇ AIG ਲੈਵਲ ਦੇ ਅਫਸਰ ਦੇ ਉੱਤੇ ਕਿ ਉਹਨਾਂ ਵੱਲੋਂ ਉਹਨਾਂ ਨਾਲ ਜਬਰ ਜਨਾਹ ਅਤੇ ਵਗੈਰਾ ਜਾਂ ਛੇੜਛਾੜ ਕੀਤੀ ਗਈ ਜਾਂ ਪਰੇਸ਼ਾਨ ਕੀਤਾ ਜਾ ਰਿਹਾ, ਜਿਹਦੇ ਆਧਾਰ 'ਤੇ ਸਾਡੇ ਕੋਲ ਜਿਹੜੀ ਦਰਖਾਸਤ ਸੀਗੀ ਅਸੀਂ ਉਹਨੂੰ ਪੜਤਾਲ ਲਈ ਚੰਡੀਗੜ੍ਹ ਭੇਜਿਆ ਸੀਗਾ, ਕਿਉਂਕਿ ਇੱਕ ਸੀਨੀਅਰ ਲੈਵਲ ਦੇ ਅਫਸਰ ਦੀ ਇਨਵੋਲਵ ਸ਼ੋਅ ਦੇ ਹੋਣ ਕਾਰਨ ਉੱਥੇ ਇੱਕ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਪੜਤਾਲ ਕਰਵਾਉਣ ਤੋਂ ਸਾਨੂੰ ਇੱਕ ਰਿਪੋਰਟ ਮਸੂਲ ਹੋਈ ਹੈ ਜਿਹਦੇ 'ਚ ਉਹਦੇ 'ਤੇ ਕੇਸ ਰਜਿਸਟਰ ਕਰਨ ਦੇ ਹੁਕਮ ਹੋਏ, ਜਿਹਦੇ ਆਧਾਰ 'ਤੇ ਅਸੀਂ ਪਰਚਾ ਦਰਜ ਕਰ ਲਿਆ। ਉਹਦੇ 'ਚ ਅਸੀਂ 376 ਸੀ, 376, 354, 354 ਡੀ, 506, 498 ਅਤੇ 55 ਆਰਡਰ ਕਰ ਰਹੇ ਸੀ। ਪੜਤਾਲ ਜਦੋਂ ਹੋ ਕੇ ਆਉਣੀ ਸੀ ਅਸੀਂ ਉਦੋਂ ਕਾਰਵਾਈ ਕਰਤੀ, ਇੰਨਾ ਟਾਈਮ ਵੀ ਨਹੀਂ ਲੱਗਾ, ਕੋਈ ਖਾਸ ਇਸ਼ੂ ਨਹੀਂ ਹੈਗਾ। ਫਿਰ ਕੀ ਉਹਦੇ ਵਿੱਚ ਐਲੀਗੇਸ਼ਨ ਨੇ ਜਿਹੜੇ ਲਾਏ ਸੀਗੇ ਉਹਨਾਂ ਦੀ ਪੜਤਾਲ ਕਰਨੀ ਵੀ ਜ਼ਰੂਰੀ ਹੈ, ਹੋ ਸਕਦਾ ਬੇਸਲੈਸ ਫੋਨ, ਹੋ ਸਕਦਾ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹਰਜੀਤ ਸਿੰਘ ਦੀ ਰਿਪੋਰਟ।